ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਥਾਣਾ ਗੁਰਾਇਆਂ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਗਾਂਜੇ ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਗੁਰਾਇਆਂ ਦੇ SHO ਲਖਵੀਰ ਸਿੰਘ ਨੇ ਦੱਸਿਆ ਕਿ ਥਾਣਾ ਗੁਰਾਇਆਂ ਦੇ ASI ਹਰਪਾਲ ਸਿੰਘ ਨੇ ਦੌਰਾਨੇ ਗਸ਼ਤ GT ਰੋਡ ਅੱਟਾ ਤੋਂ ਪਵਨ ਮਿਸ਼ਰਾ ਪੁੱਤਰ ਰਾਮ ਆਸਰੇ ਵਾਸੀ ਰਣੀਆ ਜ਼ਿਲ੍ਹਾ ਚੰਦੌਲੀ ਉੱਤਰ ਪ੍ਰਦੇਸ਼ ਹਾਲ ਵਾਸੀ ਬਸਤੀ ਸ਼ੇਖ ਥਾਣਾ ਨੰਬਰ 5 ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ 3 ਕਿਲੋ ਗਾਂਜਾ ਬਰਾਮਦ ਕੀਤਾ ਹੈ, ਜਿਸ ਦੇ ਖਿਲਾਫ਼ ਬਣਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ। ਮਾਨਯੋਗ ਸਰ ਨਵਜੋਤ ਸਿੰਘ ਮਾਲ SSP ਜਲੰਧਰ ਦਿਹਾਤੀ ਦੇ ਹੁਕਮਾਂ ਦੇ ਅਨੁਸਾਰ ਸਪੈਸ਼ਲ ਡਰੱਗਸ ਦੇ ਅਗੇਂਸਟ ਅਭਿਆਨ ਚੱਲ ਰਿਹਾ। ਉਸ ਅਭਿਆਨ ਦੇ ਵਿੱਚ ਅੱਜ ਸਵੇਰੇ ਨਾਕਾ ਲਾਇਆ ਸੀ ਡਲੇਵਰ ਪੁੱਲ ਦੇ ਨੀਚੇ ASI ਗੁਰਦੇਵ ਸਿੰਘ ਅਤੇ ਹੋਰ ਸਮੇਤ ਸਾਥੀ ਕਰਮਚਾਰੀਆਂ, ਅਤੇ ਇੱਕ ਜਿਹੜਾ ਬੰਦਾ ਸੀ ਬੱਸ 'ਚੋਂ ਉੱਤਰ ਕੇ ਕਾਹਲੀ ਕਾਹਲੀ ਹੱਥ ਵਿੱਚ ਕੈਰੀ ਬੈਗ ਫੜ ਕੇ ਪਿੱਛੇ ਪੁਲਿਸ ਪਾਰਟੀ ਦੇਖ ਕੇ ਪਿੱਛੇ ਮੁੜਨ ਲੱਗਾ। ਜਿਸ ਦੀ ਤਲਾਸ਼ੀ ਕਰਦੇ ਉਹਦੇ ਕੋਲੋਂ 3 ਕਿਲੋ ਜਿਹੜਾ ਗਾਂਜਾ ਮਿਲਿਆ, ਅਤੇ ਉਹਦਾ ਨਾਮ ਹੈ ਪਵਨ ਮਿਸ਼ਰਾ ਸਨ ਰਾਮ ਆਸਰੇ, ਅਤੇ ਬਾਸੀ UP ਦਾ ਰਹਿਣ ਵਾਲਾ ਉੱਤਰ ਪ੍ਰਦੇਸ਼ ਦਾ, ਅਤੇ ਹੁਣ ਇਹ ਥਾਣਾ ਡਿਵੀਜ਼ਨ ਨੰਬਰ 5 ਜਲੰਧਰ ਵਿੱਚ ਰਹਿ ਰਿਹਾ। ਇਹਨੇ ਆਪਣੀ ਪੁੱਛਗਿੱਛ ਵਿੱਚ ਦੱਸਿਆ ਕਿ ਇਹ ਇੱਥੋਂ UP ਤੋਂ ਜਿਹੜਾ ਆਪਣਾ ਲੈ ਕੇ ਆਇਆ ਗਾਂਜਾ, ਇੱਥੇ ਲਿਆ ਕੇ ਪੱਤੂ ਜਲੰਧਰ ਬਸਤੀ ਸ਼ੇਖ ਦੇ ਏਰੀਏ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਦੇਖਦਾ ਆ, ਅਤੇ ਇਹ 20,000 ਰੁਪਏ ਜਿੱਥੋਂ ਲੈ ਕੇ ਆਇਆ, ਅਤੇ ਇਹਨੇ 40-50,000 ਰੁਪਏ ਚੀਜ਼ ਦਾ ਬਣਾਉਣਾ ਸੀਗਾ, ਅਤੇ ਛੋਟੀ ਛੋਟੀਆਂ ਪੁੜੀਆਂ ਬਣਾ ਕੇ ਸ਼ਹਿਰ ਤੋਂ ਭੇਜਦਾ। ਅਤੇ ਅਸੀਂ ਅਜੇ ਤੱਕ ਵੈਰੀਫਾਈ ਕੀਤਾ, ਅਜੇ ਤੱਕ ਤਾਂ ਨਹੀਂ ਪਤਾ ਲੱਗਾ, ਪਰ ਜਿਹੜੇ ਉੱਤਰ ਪ੍ਰਦੇਸ਼ ਵੀ ਇਹਦੇ ਬਾਰੇ ਅਸੀਂ ਲਿਖ ਕੇ ਭੇਜਿਆ, ਹੋ ਸਕਦਾ UP ਵਿੱਚ ਦੇ ਖਿਲਾਫ਼ ਕੋਈ ਮੁਕੱਦਮਾ ਦਰਜ ਹੋ ਗਿਆ, ਜਲੰਧਰ ਵਿੱਚ ਐਡਰੈਸ 'ਤੇ ਕੋਈ ਮੁਕੱਦਮਾ ਨਹੀਂ, ਇਹਦੇ ਖਿਲਾਫ਼ ਇਹ ਮੁਕੱਦਮਾ ਦਰਜ ਕਰਕੇ ਤਫਤੀਸ਼ਾਂ ਨੂੰ ਕੀਤੀ।